ਸਭ ਤੋਂ ਫੇਵਰਟ ਕਲਰ ਵੀ ਇਹੀ ਹੈ ਤੇ ਕਹਿੰਦੇ ਗੱਡੀ ਵੀ ਇਹੀ ਹੈ ਭਾਜੀ ਔਰ ਰੰਗ ਵੀ ਕਾਲਾ ਹੈ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਨੇ ਪੂਰੇ ਆਇਲਸ ਵੀ ਦੇਖੋ ਕਿ ਵੀ ਉਹ ਜੀ ਜਿਹੜੇ ਜੱਚ ਰਹੇ ਆ ਉਹ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਭਾਜੀ ਕੀ ਸਪੈਸੀਫਿਕੇਸ਼ਨ ਇਹ 2016 ਮਾਡਲ ਸਪੋਰਟਸ ਫਸਟ ਓਨਰਸ਼ਿਪ ਹੈ ਭਾਜੀ ਤੇ ਇਹ 15 ਮਾਡਲ ਮੈਗਨਾ ਆਪਸ਼ਨਲ ਇਹਨੂੰ ਵੀ ਅਲਾਈਡਰ ਦੇਖੋ ਤੁਸੀਂ ਜੇ ਉਹ ਬਲੈਕ ਆ ਬਲੈਕ ਅਲਾਈਡਰ ਤੇ ਇਹਨੂੰ ਦੇਖੋ ਸਿਲਵਰ ਆ ਤੇ ਸਿਲਵਰ ਕਲਰ ਦੇ ਲਾਏ ਬਹੁਤ ਸੋਹਣੇ ਲਾਏ ਇਹ ਵੀ ਫਸਟ ਓਨਰਸ਼ਿਪ ਆ ਲੋਕਲ ਜਲੰਧਰ ਦਾ ਨੰਬਰ ਆ ਦੋਨੋਂ ਗੱਡੀਆਂ ਲੋਕਲ ਜਲੰਧਰ ਨੰਬਰ ਨੇ ਜੀ ਭਾਜੀ ਕੀ ਸਪੈਸੀਫਿਕੇਸ਼ਨ ਕਿੰਨਾ ਕਰ ਦੇਊਗਾ 2000 ਤੇ 14 ਮਾਡਲ ਰਜਿਸਟਰਡ 15 ਇਹ ਵੀ ਫਸਟ ਓਨਰਸ਼ਿਪ ਆ 90-95 ਹਜ਼ਾਰ ਚੱਲੀ ਆ ਅਲਾਈਡਰ ਇਹਨੂੰ ਵੀ ਚੈੱਕ ਕਰਾਓ ਨਵੇਂ ਲੱਗੇ ਹੋਏ ਜੀ ਆਪਣੇ ਜਲੰਧਰ ਦਾ ਜਲੰਧਰ ਨੰਬਰ ਡੀਜ਼ਲ ਦੇ ਡੀਜ਼ਲ ਡੀਜ਼ਲ ਭਾਜੀ ਡੀਜ਼ਲ ਕਿੰਨੀ ਕੁ ਐਵਰੇਜ ਦੇ ਐਵਰੇਜ ਇਹਦੀ ਵੀ ਭਾਜੀ ਬੜੇ ਆਰਾਮ ਨਾਲ 20 ਦੇ ਪਲੱਸ ਹੀ ਜਾਂਦੀ ਹੈ ਸਹੀ ਜਾਏਗੀ ਉਸ ਤੋਂ ਬਾਅਦ ਭਾਈ ਕੀ ਡੀਲ ਕਾਰਾਂ ਨੇ ਸਰ ਇਹ ਟੌਪ ਐਂਡ ਮਾਡਲ ਆ ਮਜ਼ਬੂਤ ਗੱਡੀਆਂ ਪੂਰੀ ਮਜ਼ਬੂਤ ਔਰ ਟੌਪ ਐਂਡ ਮਾਡਲ ਅੱਛਾ ਭਾਈ ਜੀ ਹੁਣ ਆਪਣੇ ਵੀ ਪਹਿਲਾਂ ਤਾਂ ਸੇਫਟੀ ਪੱਖੋਂ ਵੀ ਹੈ ਨਾ ਇਹਨਾਂ ਗੌਰ ਨਹੀਂ ਕਰ ਰਹੇ ਸੀਗੇ ਹੁਣ ਵੀ ਬਹੁਤ ਗੌਰ ਕਰ ਰਹੇ ਜੀ ਸੇਫਟੀ ਪੱਖੋਂ ਬਿਲਕੁਲ ਭਾਜੀ ਬਿਲਕੁਲ ਭਾਈ ਕੀ ਡੀਲ ਇਹ ਤੁਹਾਨੂੰ ਦੇ ਦੂੰਗਾ ਭਾਈ ਹਾਂਜੀ ਤਾਂ ਸਾਡੇ ਇੱਕ ਨਏ ਕਾਰ ਦੇ ਵਲੌਗ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਅਗਰ ਤੁਸੀਂ ਲੋ ਬਜਟ ਗੱਡੀ ਦੇਖ ਰਹੇ ਹੋ ਤੇ ਘੱਟ ਡਰਾਈਵਨ ਗੱਡੀ ਦੇਖ ਰਹੇ ਹੋ ਸਾਡੇ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਆਪਸ਼ਨ ਲੈ ਕੇ ਆਇਆ ਹਾਂ ਮੈਂ ਇਸ ਵਕਤ ਹੈਗਾ ਜੀ ਯੈਲੋ ਮੋਟਰ ਨਕੋਦਰ ਦੇ ਵਿੱਚ ਜਲੰਧਰ ਤੋਂ ਥੋੜਾ ਜਿਹਾ ਹੋਰ ਅੱਗੇ ਜਦੋਂ ਤੁਸੀਂ ਆਓਗੇ ਤਾਂ ਯੈਲੋ ਮੋਟਰ ਆਏਗਾ ਮੈਪ ਦੇ ਉੱਤੇ ਵੀ ਤੁਸੀਂ ਪਾ ਸਕਦੇ ਹੋ ਸਟਾਕ ਮੈਂ ਤੁਹਾਨੂੰ ਦਿਖਾਣਾ ਹੈ ਉਸ ਤੋਂ ਬਾਅਦ ਸਪੈਸੀਫਿਕੇਸ਼ਨ ਵੱਲ ਚੱਲਾਂਗੇ ਸਟਾਕ ਤੁਸੀਂ ਦੇਖੋ ਗੱਡੀਆਂ ਇੱਥੋਂ ਸ਼ੁਰੂ ਹੋਣਗੀਆਂ ਤੇ ਪਿੱਛੇ ਕਿੱਥੇ ਤੱਕ ਜਾਂਦੀਆਂ ਆ ਸਪੈਸੀਫਿਕੇਸ਼ਨ ਕੀ ਹੈ ਤੇ ਜਿੱਦਾਂ ਮੈਂ ਕਹਿ ਰਿਹਾ ਲੈਸ ਡਰਾਈਵਨ ਗੱਡੀਆਂ ਤੇ ਪ੍ਰੀਮੀਅਮ ਗੱਡੀਆਂ ਜਿਹੜੀਆਂ ਨੇ ਉਹ ਬਾਈ ਜੀ ਤੁਹਾਨੂੰ ਦਿਖਾਣਗੇ ਮਨਦੀਪ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੋ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਰਤਨਾਕਰ ਬਾਈ ਠੀਕ ਹੋ ਜੀ ਬਹੁਤ ਵਧੀਆ ਬਾਈ ਜੀ ਅੱਛਾ ਬਾਈ ਜੀ ਜਿੱਦਾਂ ਮੈਂ ਕਿਹਾ ਵੀ ਜਿਸੇ ਨੇ ਜਿਹਦਾ ਬਜਟ ਭਰਾ ਦਾ ਸਾਡੇ ਛੋਟਾ ਆ ਹਨਾ ਵੀ ਘੱਟ ਬਜਟ ਦੇ ਵਿੱਚ ਗੱਡੀਆਂ ਲੈਣਾ ਚਾਹੁੰਦੇ ਆ ਤਾਂ ਤੁਸੀਂ ਕਿਹਾ ਵੀ ਸਾਡੇ ਕੋਲ ਉਹ ਤਾਂ ਆਪਸ਼ਨ ਵੀ ਬਹੁਤ ਹੈ ਸਾਨੂੰ ਲਾਸਟ ਵੀਡੀਓ ਤੁਹਾਡੀ ਵੀਡੀਓ ਦੇਖ ਕੇ ਬਹੁਤ ਕਸਟਮਰਾਂ ਦੀ ਇਨਕੁਆਇਰੀ ਆਈ ਛੋਟੀ ਗੱਡੀਆਂ ਕਰਕੇ ਕਿਉਂਕਿ ਅਸੀਂ ਜ਼ਿਆਦਾ ਵੱਡੀ ਗੱਡੀ ਦਾ ਹੀ ਕਰਦੇ ਆ ਤੇ ਛੋਟੀਆਂ ਗੱਡੀਆਂ ਇਸ ਕਰਕੇ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ 10 ਤੋਂ 15 ਕਾਰਾਂ ਦਿਖਾਵਾਂਗੇ ਵਧੀਆ ਕਾਰਾਂ ਕੀ ਬਾਤ ਹੈ ਤੇ ਬਾਈ ਜੀ ਸਟਾਕ ਵੱਲ ਆਪਾਂ ਚੱਲਦੇ ਆ ਤੇ 2 i20 ਜਿਹੜੀਆਂ ਨੇ ਉਹ ਖੜੀਆਂ ਨੇ ਤੇ ਇੱਕ ਤਾਂ ਬਈ ਕਾਲੀ ਘੋੜੀ ਖੜੀ ਆ ਇੱਥੇ ਭਾਈ ਇਹ ਬਹੁਤ ਘੱਟ ਮਿਲਦੀ ਆ ਕਾਲੇ ਰੰਗ ਦੇ ਵਿੱਚ 2016 ਮਾਡਲ ਹੈ ਔਰ ਹੈਵੀ ਸਪੋਰਟਸ ਅਲੋਏ ਟਾਇਰ ਬਿਲਕੁਲ ਨਵੇਂ ਚੈੱਕ ਕਰਵਾ ਸਕਦੇ ਹੋ ਤੁਸੀਂ ਕੀ ਬਾਤ ਹੈ ਪਲੈਟੀ ਦੇ ਹੈ ਪਲੈਟੀ ਦੇ ਅਲੋਏ ਟਾਇਰ ਬਿਲਕੁਲ ਭਾਜੀ ਠੀਕ ਹੈ ਅੱਛਾ ਭਾਈ ਜਿਹੜੇ ਸ਼ਕੀਨੀ ਬੰਦੇ ਆ ਨਾ ਉਹਨਾਂ ਦੀ ਸਭ ਤੋਂ ਫੇਵਰਟ ਕਲਰ ਵੀ ਇਹੀ ਹੈ ਤੇ ਕਹਿੰਦੇ ਗੱਡੀ ਵੀ ਇਹੀ ਆ ਭਾਜੀ ਔਰ ਰੰਗ ਵੀ ਕਾਲਾ ਹੈ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਨੇ ਪੂਰੇ ਆਇਲਸ ਵੀ ਦੇਖੋ ਕਿ ਵੀ ਉਹ ਜੀ ਜਿਹੜੇ ਜੱਚ ਰਹੇ ਆ ਉਹੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਭਾਈ ਜੀ ਕੀ ਸਪੈਸੀਫਿਕੇਸ਼ਨ ਇਹ 2016 ਮਾਡਲ ਸਪੋਰਟਸ ਫਸਟ ਓਨਰਸ਼ਿਪ ਆ ਭਾਜੀ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ ਆਪਾਂ 6.5 ਲੱਖ ਰੁਪਏ ਦੀ 6.5 ਲੱਖ ਚ ਟਾਇਰ ਦੀ ਕੰਡੀਸ਼ਨ ਓਕੇ ਬ੍ਰੈਂਡ ਨਿਊ ਭਾਜੀ ਬ੍ਰੈਂਡ ਨਿਊ ਬ੍ਰੈਂਡ ਨਿਊ ਭਾਈ ਜੀ ਸਪੈਸੀਫਿਕੇਸ਼ਨ ਕੀ ਹੈ ਡਰਾਈਵਨ ਕਿੰਨੀ ਹੈ ਡਰਾਈਵਨ ਇਹ ਹੈਗੀ ਭਾਜੀ 80 something 80 something ਤਾਂ ਓਨਰ ਕਿਹੜਾ ਓਨਰ ਫਸਟ ਓਨਰ ਗੱਡੀ ਹੈ ਤੇ ਇੱਕ ਤੁਹਾਨੂੰ ਬਲੈਕ ਕਲਰ ਦੇ ਵਿੱਚ ਮਿਲ ਜੇਗੀ ਉਸ ਤੋਂ ਬਾਅਦ ਇੱਕ ਹੋਰ i20 ਆਏਗੀ ਭਾਈ ਜੀ i20 ਦਾ 2015 ਮਾਡਲ ਮੈਗਨਾ ਆਪਸ਼ਨਲ ਇਹਨੂੰ ਵੀ ਅਲਾਈਡਰ ਦੇਖੋ ਤੁਸੀਂ ਜੇ ਉਹ ਬਲੈਕ ਆ ਬਲੈਕ ਅਲਾਈਡਰ ਤੇ ਇਹਨੂੰ ਦੇਖੋ ਸਿਲਵਰ ਆ ਤੇ ਸਿਲਵਰ ਕਲਰ ਦੇ ਲਾਏ ਬਹੁਤ ਸੋਹਣੇ ਲਾਏ ਕੀ ਬਾਤ ਇਹ ਵੀ ਫਸਟ ਓਨਰਸ਼ਿਪ ਆ ਲੋਕਲ ਜਲੰਧਰ ਦਾ ਨੰਬਰ ਆ ਦੋਨੋਂ ਗੱਡੀਆਂ ਲੋਕਲ ਜਲੰਧਰ ਨੰਬਰ ਨੇ ਜੀ ਤੇ ਭਾਈ ਜੀ ਕੀ ਸਪੈਸੀਫਿਕੇਸ਼ਨ ਕਿੰਨਾ ਕਰ ਦੇਊਗਾ 575 ਦੀ ਜੀ 575 ਦੀ ਤੇ ਚੱਲੇ ਕਿੰਨੀ ਭਾਈ ਜੀ ਇਹ ਚੱਲੀ ਆ ਜੀ 76 ਵਿਦ ਰਿਕਾਰਡ 76 ਵਿਦ ਰਿਕਾਰਡ ਫਸਟ ਓਨ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਸਾਡੇ ਭਰਾ YouTube ਤੋਂ ਵੀਡੀਓ ਦੇਖ ਕੇ ਆਣਗੇ ਇੱਕ ਵਾਰ ਰੈਫਰੈਂਸ ਜ਼ਰੂਰ ਦਈਓ ਤੁਹਾਨੂੰ ਇੱਕ ਗਿਫਟ ਜ਼ਰੂਰ ਮਿਲੇਗਾ ਸਾਡੇ ਬਾਈ ਜੀ ਵੱਲੋਂ ਠੀਕ ਹੈ ਭਾਈ ਜੀ ਉਸ ਤੋਂ ਬਾਅਦ ਆਪਣੇ ਕੋਲ ਵੋਲਸਵੈਗਨ ਜਰਮਨ ਗੱਡੀ ਆ ਗਈ ਇਹ ਪੋਲੋ 2014 ਫਸਟ ਓਨਰਸ਼ਿਪ ਚਾਰੋਂ ਟਾਇਰ ਇਹਦੇ ਵੀ ਯੋਕੋਹਾਮਾ ਦੇ ਨਵੇਂ ਲਗਵਾਤੇ ਜੀ ਇਹ ਵੀ 60-65 ਹਜ਼ਾਰ ਚੱਲੀ ਆ ਫਸਟ ਓਨਰਸ਼ਿਪ ਆ ਕਾਰ ਲੋਕਲ ਜਲੰਧਰ ਦਾ ਨੰਬਰ ਹੈ ਤੇ ਇਹ ਕਾਰ ਤੁਹਾਨੂੰ ਮੈਂ ਦੇ ਦਾਂਗਾ 4,40,000 ਰੁਪਏ ਦੀ 4,40,000 ਦੀ ਹਾਂਜੀ ਮਾਡਲ ਕਿੰਨਾ 2014 ਕੰਫਰਟ ਲਾਈਨ ਮਿਡਲ ਮਾਡਲ ਜਿਹਨੂੰ ਕਹਿੰਦੇ ਆ ਠੀਕ ਹੈ ਬਾਈ ਤੇ ਗੱਡੀ ਤੁਸੀਂ ਦੇਖੋ ਕਿ ਸਾਫ ਸੁਥਰੀ ਹੈ ਪੂਰੀ ਓਰੀਜਨਲ ਆਈ ਬੰਪਰ ਟੂ ਬੰਪਰ ਓਰੀਜਨਲ ਦੀ ਗਾਰੰਟੀ ਇਹਦੀ ਕਾਰ ਦੀ ਕੀ ਬਾਤ ਹੈ ਜੀ ਜਿਹੜੇ ਸਾਡੇ ਭਰਾ ਓਨਰ ਸੀਗੇ ਇਹਦੇ ਉਹਨਾਂ ਨੇ ਬੜੇ ਸਾਂਭ ਕੇ ਰੱਖਿਆ ਉਸ ਤੋਂ ਬਾਅਦ ਬਾਈ ਜੀ ਆਪਣੇ ਕੋਲ ਆ ਗਈ ਮਰੂਤੀ ਦੀ ਰਿਟਸ ਹੈਗੀ 2014 ਮਾਡਲ ਮਾਈਲੇਜ ਪੱਖੋਂ ਵਧੀਆ ਬਹੁਤ ਵਧੀਆ ਬਾਜੀ 23-24 ਦੀ ਐਵਰੇਜ ਕੱਢਦੀ ਆ 14 ਮਾਡਲ ਫਸਟ ਓਨਰਸ਼ਿਪ ਸੌਰੀ ਸੈਕੰਡ ਓਨਰਸ਼ਿਪ ਆ ਸਾਡੀ ਹੀ ਕਾਰ ਸਾਡੇ ਕੋਲ ਆਈ ਆ ਰਜਿਸਟਰਡ 15 ਦੀ 14 ਮਾਡਲ ਇਹ ਤੁਹਾਨੂੰ ਕਾਰ ਦੇ ਦਾਂਗਾ ਭਾਜੀ ਮੈਂ 3,40,000 ਰੁਪਏ ਦੀ 3,40,000 ਦੇ ਵਿੱਚ 14 ਮਾਡਲ ਰਜਿਸਟਰਡ 15 ਤੇ ਸਰਪ੍ਰਾਈਜ਼ ਗਿਫਟ ਵੀ ਨਾਲ ਰਹੂਗਾ ਤੇ ਐਵਰੇਜ ਪੱਖੋਂ ਬਹੁਤ ਵਧੀਆ ਗੱਡੀ ਹੈ ਤੇ ਲੁਧਿਆਣੇ ਦਾ ਨੰਬਰ ਹੈ ਉਸ ਤੋਂ ਬਾਅਦ ਬਾਈ ਜੀ ਆ ਗਈ ਆਪਣੇ ਕੋਲ ਅਲਟੋ ਅਲਟੋ ਵੀ ਕਹਿੰਦੇ ਵੀ ਹੈ ਨਾ ਕਿ ਲੋ ਬਜਟ ਹੈ ਤੇ ਅਲਟੋ ਕਰਕੇ ਹਰ ਚੀਜ਼ ਨੂੰ ਭਾਈ ਸੈਗਮੈਂਟ ਦੇ ਹਿਸਾਬ ਨਾਲ ਹੀ ਲਗਵਾਇਆ ਜਿੱਦਾਂ ਦਾ ਕਸਟਮਰ ਜਿੱਦਾਂ ਦੀ ਚੀਜ਼ ਚਾਹੀਦੀ ਹਰ ਇੱਕ ਚੀਜ਼ ਅਵੇਲੇਬਲ ਮਿਲੇ ਇਹ ਹੈਗੀ 2013 ਅਲਟੋ 800 LXi ਇਹ ਵੀ ਫਸਟ ਓਨਰਸ਼ਿਪ ਹੈ ਲੋਕਲ ਨੰਬਰ ਹੈ ਇਹ ਗੱਡੀ ਤੁਹਾਨੂੰ ਮੈਂ ਦੇ ਦੂੰਗਾ 2,40,000 ਰੁਪਏ ਦੀ 2,40,000 ਰੁਪਏ ਦੀ ਬਿਲਕੁਲ ਭਾਜੀ 2000 ਸੇਮ ਈਓਨ ਖੜੀ ਹੈ ਇਹ ਵੀ 12-13 ਮਾਡਲ ਹੈ ਜੀ
ਇਹ ਵੀ 13 ਮਾਡਲ ਹੈ, ਦੋਨੋਂ ਫਸਟ ਓਨਰਸ਼ਿਪ ਆ, ਦੋਨੋਂ ਲੋਕਲ ਨੰਬਰ ਆ। ਇਹ ਵੀ 2,40,000 ਰੁਪਏ ਦੀ ਜੀ। ਇਹ ਵੀ 2,40,000 ਰੁਪਏ ਦੀ। ਟਾਇਰ ਦੀ ਕੰਡੀਸ਼ਨ? ਟਾਇਰ ਬਿਲਕੁਲ ਨਵੇਂ ਭਾਜੀ, ਟਾਇਰਾਂ ਦਾ ਤਾਂ ਤੁਸੀਂ ਬੇਫਿਕਰ ਹੋ ਕੇ ਆਓ ਭਾਈ ਸਾਡੇ, ਦੋਨਾਂ ਦੇ ਪਹਿਲੇ, ਦੋਨੇ ਪਹਿਲੇ ਜੀ, ਦੋਨੇ। ਕੀ ਬਾਤ ਹੈ! ਉਸ ਤੋਂ ਬਾਅਦ ਬਾਈ ਜੀ ਹੈਗੀ ਸਕੋਡਾ, ਇੱਕ ਹੋਰ ਬਲੈਕ ਕਲਰ ਦੀ ਗੱਡੀ। ਸਕੋਡਾ ਰੈਪਿਡ 2014 ਮਾਡਲ, ਰਜਿਸਟਰਡ 15। ਇਹ ਵੀ ਫਸਟ ਓਨਰਸ਼ਿਪ ਆ, 90,95,000 ਚੱਲੀ ਆ। ਅਲਾਈਡਰ ਇਹਨੂੰ ਵੀ ਚੈੱਕ ਕਰਾਓ, ਨਵੇਂ ਲੱਗੇ ਹੋਏ ਆ ਜੀ ਬਿਲਕੁਲ। ਤੇ ਆਪਣੇ ਜਲੰਧਰ ਦਾ ਨੰਬਰ ਹੈ? ਜਲੰਧਰ ਨੰਬਰ ਬਾਈ ਜੀ। ਡੀਜ਼ਲ ਤੇ ਆ? ਡੀਜ਼ਲ, ਡੀਜ਼ਲ ਭਾਜੀ, ਡੀਜ਼ਲ। ਕਿੰਨੀ ਕੁ ਐਵਰੇਜ ਦੇ ਦਿੰਦੀ ਹੈ ਬਾਈ? ਐਵਰੇਜ ਇਹਦੀ ਵੀ ਭਾਜੀ ਬੜੇ ਆਰਾਮ ਨਾਲ 20 ਦੇ ਪਲੱਸ ਹੀ ਜਾਂਦੀ ਹੈ, ਪਲੱਸ ਹੀ ਜਾਏਗੀ। ਉਸ ਤੋਂ ਬਾਅਦ ਬਾਈ ਹੈਵੀ ਕਾਰਾਂ ਨੇ ਸਰ, ਇਹ ਟੌਪ ਐਂਡ ਮਾਡਲ ਆ, ਮਜ਼ਬੂਤ ਗੱਡੀਆਂ, ਪੂਰੀ ਮਜ਼ਬੂਤ ਔਰ ਟੌਪ ਐਂਡ ਮਾਡਲ। ਠੀਕ ਹੈ। ਅੱਛਾ ਬਾਈ ਜੀ, ਹੁਣ ਆਪਣੇ ਵੀ ਪਹਿਲਾਂ ਤਾਂ ਸੇਫਟੀ ਪੱਖੋਂ ਵੀ ਹੈ ਨਾ ਇੰਨਾ ਗੌਰ ਨਹੀਂ ਕਰ ਰਹੇ ਸੀਗੇ, ਹੁਣ ਵੀ ਬਹੁਤ ਗੌਰ ਕਰ ਰਹੇ ਵੀ ਸੇਫਟੀ ਪੱਖੋਂ ਗੱਡੀ। ਬਿਲਕੁਲ ਭਾਜੀ, ਬਿਲਕੁਲ ਬਾਈ। ਕੀ ਡੀਲ ਦੇ ਰਹੇ? ਇਹ ਤੁਹਾਨੂੰ ਦੇ ਦੂੰਗਾ ਬਾਈ 4,40,000 ਰੁਪਏ ਦੀ। 4,40,000 ਰੁਪਏ ਦੇ ਸਕੋਡਾ। ਉਸ ਤੋਂ ਬਾਅਦ ਇੱਕ ਹੋਰ ਸਕੋਡਾ, ਇਹ 2013 ਮਾਡਲ, ਜੈਨੂਅਨ 59,000 ਚੱਲੀ, ਫਸਟ ਓਨਰਸ਼ਿਪ। 59,000 ਕਿਲੋਮੀਟਰ ਇਹ 13 ਮਾਡਲ ਹੈ, ਫਸਟ ਓਨਰਸ਼ਿਪ ਹੈ, ਡਾਕਟਰ ਡਰਿਵਨ ਕਾਰ ਹੈ ਅਤੇ ਟਾਇਰ ਇਹਨੂੰ ਵੀ ਨਵੇਂ ਲੱਗੇ ਨੇ, ਅਲੋਏ ਇਹਨੂੰ ਵੀ ਟੌਪ, ਇਹ ਟੌਪ ਐਂਡ ਮਾਡਲ ਹੈ। ਇਹ ਕਾਰ ਤੁਹਾਨੂੰ ਮੈਂ ਦੇ ਦੂੰਗਾ ਭਾਅ ਜੀ 3,90,000 ਰੁਪਏ ਦੀ। ਟੌਪ ਐਂਡ ਮਾਡਲ ਕਾਰ 3,90,000 ਰੁਪਏ ਦੀ ਜੀ, 3,00,000। ਡਰਿਵਨ ਕਿੰਨੀ ਹੈ? ਡਰਿਵਨ ਇਹ ਸਰ 59,000। 59,000 ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ 59,000 ਚੱਲੀ ਹੈ, ਅਤੇ ਬਾਈ ਨੇ ਜਿੱਦਾਂ ਦੱਸਿਆ ਵੀ ਡਾਕਟਰ ਡਰਿਵਨ ਹੈ। ਸੋ ਇੱਕ ਟਾਇਰ ਦੀ ਕੰਡੀਸ਼ਨ ਜੇ ਆਪਾਂ ਦੇਖੀਏ ਵੀ ਹੈਲਦੀ ਟਾਇਰ ਆ ਬਿਲਕੁਲ, ਹੈ ਨਾ। ਅਤੇ ਉਸ ਤੋਂ ਬਾਅਦ ਬਾਈ ਜੀ ਆਪਾਂ ਇੱਕ ਬ੍ਰੇਜ਼ਾ ਵੱਲ ਸ਼ਿਫਟ ਕਰਦੇ ਹਾਂ। ਬ੍ਰੇਜ਼ਾ ਦੀ ਬਾਈ ਜੀ ਦੇਖੋ, ਇੱਕ ਤਾਂ ਕੰਫਰਟ ਹੈ, ਉਸ ਤੋਂ ਬਾਅਦ ਮਾਈਲੇਜ ਬਹੁਤ ਵਧੀਆ ਆ, ਅਤੇ ਮਾਰਕੀਟ ਪ੍ਰਾਈਜ਼ ਕਹਿੰਦੇ ਵੀ ਬ੍ਰੇਜ਼ਾ ਦਾ ਹਜੇ ਵਧੀਆ ਚੱਲ ਰਿਹਾ ਭਾਜੀ। ਪਹਿਲਾਂ ਤਾਂ ਡੀਜ਼ਲ ਮਿਲਦੀ ਨਹੀਂ ਛੇਤੀ, ਔਰ ਪੈਟਰੋਲ ਦੇ ਆ। 2000 VDI, 2016 ਮਾਡਲ VDI, ਫਸਟ ਓਨਰਸ਼ਿਪ, ਔਰ ਇਹ ਗੱਡੀ ਚੱਲੀ ਆ 90,000, ਫਸਟ ਓਨਰਸ਼ਿਪ, ਜਲੰਧਰ ਨੰਬਰ। ਇਹ ਤੁਹਾਨੂੰ ਕਾਰ ਦੇ ਦਾਂਗਾ ਮੈਂ 6,75,000 ਰੁਪਏ ਦੀ। 6,75,000 ਰੁਪਏ ਦੇ ਵਿੱਚ ਟਾਇਰ ਇਹਨੂੰ ਵੀ ਨਵੇਂ ਲੱਗੇ ਨੇ, ਸੀਟ ਦੇ ਡੀਜ਼ਲ, ਟਾਇਰ ਦੀ ਕੰਡੀਸ਼ਨ ਬਿਲਕੁਲ ਨਵੇਂ ਭਾਜੀ, ਬਿਲਕੁਲ ਨਵੇਂ। ਠੀਕ ਹੈ ਬਾਈ ਜੀ। ਤੇ ਮੈਂ ਕਹਿੰਦਾ ਬਾਈ ਜੀ 20+ ਬ੍ਰੇਜ਼ਾ ਵੀ ਦਿੰਦੀ ਹੈ ਐਵਰੇਜ, 20+। ਇਹ ਜਿਹੜੀ ਆਪਾਂ ਵੀਡੀਓ ਬਣਾ ਰਹੇ ਇਹ ਦਿਖਾਈ ਐਵਰੇਜ ਵਾਲੀਆਂ ਕਾਰਾਂ, ਐਵਰੇਜ ਵਾਲੀ ਹੈ ਨਾ ਵੀ ਇਕਨੋਮਿਕ ਦੇ ਵਿੱਚ ਸਾਰੀਆਂ ਗੱਡੀਆਂ ਆਪਾਂ ਘੱਟ ਐਵਰੇਜ ਵਾਲੀਆਂ ਦਿਖਾਈਆਂ, ਵੱਡੀਆਂ ਕਾਰਾਂ। ਠੀਕ ਹੈ। ਫੋਰਚੂਨਰ ਦਿਖਾਈ ਸੀ, ਐਕਸਯੂਵੀ ਦਿਖਾਈ, ਈ ਕਲਾਸ ਦਿਖਾਈਆਂ, ਉਹਦੀ ਵੀ ਈ ਕਲਾਸ ਦੀ ਐਵਰੇਜ ਵਧੀਆ ਵੈਸੇ, ਬਟ ਇਹਦੇ ਵਿੱਚ ਆਪਾਂ ਲੋ ਯਾਨੀ ਕਿ ਕਸਟਮਰ ਦਾ ਜਿਹੜਾ ਪ੍ਰਾਈਜ਼ ਆ ਉਹਨੂੰ ਵਧੀਆ ਚੀਜ਼ ਦਈਏ। ਠੀਕ ਹੈ। ਤੇ ਫੈਮਿਲੀ ਕਾਰ ਹੈ ਵੀ, ਅਗਰ ਤੁਹਾਡੀ ਉੱਤੇ ਵੀ ਸੇਮ ਕੰਡੀਸ਼ਨ ਹੈ, 30-40% ਦੋ, ਬਾਕੀ ਲੋਨ ਕਰਵਾ ਲਓ, ਬਾਕੀ ਉਹ ਵੀ 10 ਮਿੰਟ ਦੇ ਵਿੱਚ, 10 ਮਿੰਟਾਂ ਦੇ ਵਿੱਚ ਲੋਨ ਹੋਏਗਾ। ਉਸ ਤੋਂ ਬਾਅਦ ਇੱਕ ਹੋਰ ਬਲੈਕ ਬਿਊਟੀ ਆ ਗਈ, ਇਹ ਹੈਗੀ 17 ਮਾਡਲ, ਫਸਟ ਓਨਰਸ਼ਿਪ, ਅਤੇ ਇਹ ਚੱਲੀ ਹੈ ਸਿਰਫ 48,000। ਓਕੇ। ਔਰ ਸਭ ਤੋਂ ਵੱਡਾ ਵਾਧਾ ਆਟੋਮੈਟਿਕ, ਆਟੋਮੈਟਿਕ ਇਹ ਤੁਹਾਨੂੰ ਦੇ ਦੂੰਗਾ ਮੈਂ ਕਾਰ ਭਾਜੀ ਲਾਸਟ 7,90,000 ਰੁਪਏ ਦੀ। 7,90,000 ਕੰਪਨੀ ਫਿਟਡ ਅਲੋਇਜ਼ ਆ, ਇਹ ਟਾਇਰ ਹਲੇ ਤੱਕ ਨਾਲ ਦੇ ਨੇ ਭਾਜੀ, ਇਹਦੇ ਟਾਇਰ ਚੇਂਜ ਨਹੀਂ ਕਰਵਾਏ, ਬਿਲਕੁਲ ਜੈਨੂਅਨ ਚੱਲੀ 48,000 ਕਾਰ। ਠੀਕ ਹੈ ਜੀ। ਇਹ ਬਾਈ ਜੀ ਦਾ ਸਟੋਕ ਲੋ ਬਜਟ ਦੇ ਵਿੱਚ ਅਗਰ ਤੁਸੀਂ ਦੇਖ ਰਹੇ ਹੋ, ਤੇ ਇਹ ਲੋ ਬਜਟ ਦੇ ਵਿੱਚ ਅਸੀਂ ਤੁਹਾਨੂੰ ਸਟੋਕ ਜਿਹੜਾ ਹੈ ਉਹ ਇੱਕ ਓਵਰਥਰੋ ਜਿਹੜਾ ਹੈ ਉਹ ਦਿਖਾਇਆ। ਤੇ ਬਾਈ ਜੀ ਥੋੜਾ ਜਿਹਾ ਮਨਦੀਪ ਬਾਈ ਜੀ ਤੁਸੀਂ ਆ ਜਾਓ, ਧੁੱਪ ਵੀ ਬੜੀ ਤੇਜ਼ ਹੈ, ਤੇ ਜਿੱਦਾਂ ਤੁਸੀਂ ਦੱਸਿਆ ਬਾਈ ਜੀ ਲਾਸਟ ਵੀਡੀਓ ਦੇ ਵਿੱਚ ਕ੍ਰੈਡੀਬਿਲਟੀ ਦਾ, ਜਿਹੜੇ ਸਾਡੇ ਭਰਾ ਨਵੇਂ ਜੁੜੇ ਆ ਹੈ ਨਾ ਸਾਡੇ ਨਾਲ, ਉਹਨਾਂ ਦੀ ਕ੍ਰੈਡੀਬਿਲਟੀ ਬਾਰੇ ਵੀ ਦੱਸ ਦਿਓ, ਲੋਕੇਸ਼ਨ ਬਾਰੇ। ਪੇਪਰਾਂ ਦੇ ਵਿੱਚ ਕੋਈ ਇਸ਼ੂ ਆਏਗਾ ਤੇ 10 ਸਾਲ ਬਾਅਦ ਵੀ ਗੱਡੀ ਵਾਪਸ ਲਵਾਂਗੇ। ਠੀਕ ਹੈ। ਔਰ ਪੇਪਰਾਂ ਵੱਲੋਂ ਤਾਂ ਬੇਫਿਕਰ ਹੋ ਕੇ ਸਾਡੇ ਕੋਲ ਆਓ ਭਾਜੀ। ਔਰ ਇੱਕ ਚੀਜ਼ ਹੋਰ, ਕਿਸੇ ਵੀ ਕਸਟਮਰ ਜਿਹੜਾ ਸੋਚਦਾ ਵੀ ਅਸੀਂ ਗੱਡੀ ਟ੍ਰਾਂਸਫਰ ਨਹੀਂ ਕਰਾਉਣੀ, ਉਹਨੂੰ ਸਾਡੇ ਕੋਲ ਆਉਣ ਦਾ ਫਾਇਦਾ ਨਹੀਂ, ਅਸੀਂ ਵਿਦਆਊਟ ਟ੍ਰਾਂਸਫਰ ਗੱਡੀ ਨਹੀਂ ਵੇਚਦੇ ਜੀ। ਕਿਆ ਬਾਤ ਹੈ! ਹਾਂ, ਕੋਈ ਵੀ ਕਸਟਮਰ ਹੋਵੇ ਅਸੀਂ ਵਿਦਆਊਟ ਟ੍ਰਾਂਸਫਰ ਕਾਰ ਨਹੀਂ ਵੇਚਦੇ, RC ਅਸੀਂ ਟ੍ਰਾਂਸਫਰ ਕਰਵਾ ਕੇ ਹੀ ਦੇਵਾਂਗੇ ਗੱਡੀ। ਠੀਕ ਹੈ ਜੀ। ਜੀ ਤੇ ਬਾਈ ਜੀ ਲੋਕੇਸ਼ਨ ਜਿਹੜੀ ਆ ਉਹ? ਲੋਕੇਸ਼ਨ ਮੇਰੀ ਨਕੋਦਰ ਸ਼ਹਿਰ ਆ ਜੀ, ਜਲੰਧਰ ਰੋਡ ਦੇ ਉੱਤੇ ਆ, ਯੈਲੋ ਮੋਟਰ ਆ, ਤੁਸੀਂ ਨਕੋਦਰ ਗੂਗਲ ਮੈਪ ਤੇ ਸਰਚ ਕਰ ਲਓ ਯੈਲੋ ਮੋਟਰਸ, ਤੁਹਾਨੂੰ ਲੋਕੇਸ਼ਨ ਮੇਰੀ ਤੇ ਪਹੁੰਚਾ ਦੇਗਾ। ਬਹੁਤ ਬਹੁਤ ਧੰਨਵਾਦ ਮਨਦੀਪ ਬਾਈ ਜੀ ਤੁਹਾਡਾ। ਫੇਸਬੁੱਕ, ਇੰਸਟਾਗ੍ਰਾਮ ਤੇ ਪੇਜ ਜ਼ਰੂਰ ਲਾਈਕ ਕਰੋ, ਯੈਲੋ ਮੋਟਰਸ ਪ੍ਰਾਈਵੇਟ ਲਿਮਿਟਡ ਦੇ ਨਾਮ ਤੇ ਪੇਜ ਆ ਮੇਰਾ, ਯੈਲੋ ਮੋਟਰਸ ਤੁਸੀਂ ਇੰਸਟਾਗ੍ਰਾਮ ਤੇ ਸਰਚ ਕਰੋਗੇ ਤੁਹਾਨੂੰ ਸਾਡਾ ਪੇਜ ਮਿਲ ਜਾਏਗਾ। ਹਰ ਡੇਲੀ ਦੀ ਡੇਲੀ ਨਵਾਂ ਸਟਾਕ ਤੁਹਾਨੂੰ ਉਹਦੇ ਸਾਡਾ ਅਪ ਟੂ ਡੇਟ ਮਿਲਦਾ ਹੀ ਰਹਿੰਦਾ ਜੀ। ਜਿਹੜੀ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਬਾਈ ਜੀ ਦਾ ਜਿਹੜਾ ਫੇਸਬੁੱਕ ਦਾ ਪੇਜ ਹੈ ਤੇ ਇੰਸਟਾ ਦਾ ਪੇਜ ਹੈ ਉਹ ਲਿੰਕ ਜਿਹੜੀ ਆ ਆਪਣੇ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਵੀ। ਕੈਟਾਲੌਗ ਵਾਲਾ ਨੰਬਰ ਆ 9914277007, ਤੁਸੀਂ ਉਹਦੇ ਤੇ ਜੇ ਤੁਸੀਂ ਕੋਈ ਗੱਡੀ ਨਵੀਂ ਦੇਖਣੀ ਚਾਹੁੰਦੇ ਹੋ ਤੁਸੀਂ ਉਹਦੇ ਤੇ ਹੈਲੋ ਭੇਜੋ, ਤੁਹਾਨੂੰ ਆਟੋਮੈਟਿਕਲੀ ਸਾਰੀਆਂ ਗੱਡੀਆਂ ਸ਼ੋ ਹੋ ਜਾਣਗੀਆਂ। ਕੀ ਬਾਤ ਹੈ! ਤੇ ਰੋਜ਼ ਦਾ ਅਪਡੇਟ ਜਿਹੜਾ ਹੋਏਗਾ ਉਹ ਸਾਡੇ ਵੀ ਹਾਂਜੀ ਬਿਲਕੁਲ 9216877007 ਦੋਨਾਂ ਨੰਬਰ ਜਿਹੜੇ ਮਰਜ਼ੀ ਨੰਬਰ ਤੇ ਤੁਸੀਂ ਹੈਲੋ ਭੇਜ ਦਿਓ ਤੁਹਾਨੂੰ ਕੈਟਾਲੌਗ ਮਿਲੇਗਾ, ਬਾਕੀ ਤੁਸੀਂ ਡਿਸਕ੍ਰਿਪਸ਼ਨ 'ਚ ਨੰਬਰ ਚੱਲ ਜਾਣੇ ਆ, ਕਿਸੇ ਵੀ ਨੰਬਰ 'ਤੇ ਹੈਲੋ ਭੇਜ ਦਿਓ ਤੁਹਾਨੂੰ ਕੈਟਾਲੌਗ ਆ ਜਾਏਗਾ, ਉਹਦੇ 'ਚ ਤੁਸੀਂ ਆਪਣੀਆਂ ਗੱਡੀਆਂ ਦੇਖ ਸਕਦੇ ਹੋ ਅਤੇ ਉਹਦੇ 'ਚੋਂ ਜੋ ਤੁਹਾਡੀ ਚੋਇਸ ਆ ਤੁਸੀਂ ਆ ਸਕਦੇ ਹੋ। ਬਹੁਤ ਬਹੁਤ ਧੰਨਵਾਦ ਬਾਈ ਜੀ ਟਾਈਮ ਦੇਣ ਦੇ ਲਈ। ਸੋ ਮਨਦੀਪ ਬਾਈ ਜੀ ਨੇ ਯੈਲੋ ਮੋਟਰ ਜਲੰਧਰ ਦੇ ਵਿੱਚ, ਥੋੜ੍ਹਾ ਜਿਹਾ ਹੋਰ ਅੰਦਰ ਨੂੰ ਆਓਗੇ ਨਕੋਦਰ ਦੇ ਵਿੱਚ ਬਾਈ ਜੀ ਦਾ ਸ਼ੋਰੂਮ ਜਿਹੜਾ ਹੈ ਉਹ ਹੈਗਾ ਆ, ਅਤੇ ਬਜਟ ਦੇ ਵਿੱਚ ਗੱਡੀਆਂ ਤੁਸੀਂ ਲੈ ਰਹੇ ਹੋ ਉਹਦੇ ਲਈ ਵੀ ਆਪਸ਼ਨ ਹੈ। ਪ੍ਰੀਮੀਅਮ ਗੱਡੀਆਂ, ਲਗਜ਼ਰੀ ਦੇ